ਕਾਂਗਰਸ ਮਿਲਦਿਆਂ ਨੂੰ ਪਰ ਸਾਡੇ ਕਿਸੇ ਬੰਨੇ ਇਹਨਾਂ ਨੇ ਗੱਲ ਨਹੀਂ ਲਾਈ। ਅਸੀਂ ਤਾਂ ਇਹਨਾਂ ਨੇ ਵਿਸ਼ਵਾਸ ਕੀਤਾ ਵੀ ਠੀਕ ਹੈ ਵੀ ਸਾਡਾ ਕਾਂਗਰਸ ਇਹਨਾਂ ਸਾਡੇ ਵਾਸਤੇ ਕੁਛ ਨਹੀਂ ਹੋਏਗਾ ਤਾਂ ਅਸੀਂ ਹਾਰ ਕੇ ਜਿਹੜੇ ਸੜਕ ਦੇ ਉੱਤਰੇ ਹਾਂ। ਇਹ ਧਰਨਾ ਕਿੰਨੀ ਦੇਰ ਚੱਲੇਗਾ ਤੁਹਾਡਾ? ਜਿੰਨਾ ਚਿਰ ਸਾਡਾ ਫੈਸਲਾ ਨਹੀਂ ਹੁੰਦਾ, ਸਾਨੂੰ ਲਿਖਤੀ ਰੂਪ 'ਚ ਨਹੀਂ ਦਿੰਦੇ, ਸਾਨੂੰ ਚੱਕ ਨਹੀਂ ਦਿੰਦੇ, ਉਹਨਾਂ ਚਿਰ ਅਸੀਂ ਇੱਥੇ ਬੈਠੇ ਰਹਾਂਗੇ ਸੜਕ 'ਤੇ। ਮੈਸੇਜ ਵੀ ਲਵਾਇਆ ਕਿ ਸਾਡੇ ਕੋਲ ਆ ਕੇ ਆਪਣੀ ਜਿਹੜੀ ਬਣਦੀ ਅਮਾਊਂਟ ਆ ਉਹਦੇ ਚੈੱਕ ਸਾਡੇ ਕੋਲ ਕਲੈਕਟ ਕਰ ਸਕਦੇ ਆ। ਇੱਕ ਗੱਲ ਅੱਜ ਸਾਡੇ ਕੁਛ ਪ੍ਰੋਟੈਸਟ ਲੋਕ ਸਾਡੇ ਧਿਆਨ 'ਚ ਲੋਕਾਂ ਨੇ ਗੱਲ ਲਿਆਉਂਦੀ ਹੈ ਪ੍ਰੋਟੈਸਟ ਕਰਕੇ ਕਿ ਉਹ ਜਿਹੜਾ TDS ਜਿਹੜਾ ਵਾ ਜੋ ਐਜ਼ ਪਰ ਇਨਕਮ ਟੈਕਸ ਐਕਟ ਦੇ ਅੰਡਰ ਕੱਟਿਆ ਜਾਂਦਾ ਵਾ, ਅਤੇ ਉਹਨਾਂ ਦੀ ਮੰਗ ਹੈ ਕਿ TDS ਜਿਹੜਾ ਵਾ ਉਹਨਾਂ ਦੀ ਕੰਪਨਸੇਸ਼ਨ ਅਮਾਊਂਟ 'ਚੋਂ ਨਾ ਕੱਟਿਆ ਜਾਵੇ, ਜਿਹਦੇ ਬਾਰੇ ਇਹਨਾਂ ਨੂੰ ਅਸੀਂ ਇਨਕਮ ਟੈਕਸ ਐਕਟ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਹੈ। ਅਤੇ ਜਿਹੜਾ ਸਾਡਾ ਸਰਕਾਰੀ ਅਕਾਊਂਟੈਂਟ ਆ ਉਹਦੇ ਨਾਲ ਵੀ ਉਹਨਾਂ ਦੀ ਗੱਲਬਾਤ ਕਰਵਾਈ ਹੈ, ਅਤੇ ਸਾਡੀ ਕੋਸ਼ਿਸ਼ ਹੈਗੀ ਹੈ ਕਿ ਇਹਨਾਂ ਨੂੰ ਅਸੀਂ ਜਿਹੜਾ ਕੰਪਨਸੇਸ਼ਨ ਡਿਸਬਰਸ ਜਲਦੀ ਤੋਂ ਜਲਦੀ ਕਰਕੇ ਜਿਹੜਾ ਇਹਨਾਂ ਨੂੰ ਪੇਮੈਂਟ ਕਰਦੇ। ਐਜ਼ ਪਰ ਰੂਲ ਦੇਖੋ TDS ਕੱਟਣਾ ਅਸੀਂ ਡਿਊਟੀ ਪਾਉਂਡ ਹੈ, ਵਿਦਾਊਟ TDS ਡਿਡਕਸ਼ਨ ਜਿਹੜੀ ਆ ਅਸੀਂ ਪੇਮੈਂਟ ਜਿਹੜੀ ਆ ਉਹ ਨਹੀਂ ਕਰ ਸਕਦੇ। ਇਹ ਲਾਅ ਇਹਦੇ ਬਾਰੇ ਕਾਫੀ ਕਲੀਅਰ ਹੈਗਾ। ਅਸੀਂ ਤੁਹਾਨੂੰ ਨਹੀਂ ਲੱਗਦਾ ਇਹ ਕੰਮ ਟੱਕ ਦੇਣਗੇ ਹੁਣ? ਨਹੀਂ, ਅਸੀਂ ਹੁਣੇ ਅਪੀਲ ਕਰਕੇ ਆਏ ਹਾਂ ਵੀ ਆਪਣੀ ਪੇਮੈਂਟਸ ਜਿਹੜੀਆਂ ਸਾਡੇ ਆਫਿਸ ਆ ਕੇ ਕਲੈਕਟ ਕਰ ਲੈਣੇ। ਅਤੇ ਜੇ ਬਾਈ ਚਾਂਸ ਨਹੀਂ ਕਲੈਕਟ ਕਰਦੇ ਕੰਮ ਰੋਕਦੇ ਨੇ ਤਾਂ ਫਿਰ ਪ੍ਰਸ਼ਾਸਨ ਦਾ ਅਗਲਾ ਕੀ ਐਕਸ਼ਨ? ਨਹੀਂ ਦੇਖੋ, ਗਵਰਨਮੈਂਟ ਦਾ ਕੰਮ ਹੈਗਾ ਵਾ ਅਤੇ ਬੜਾ ਪਵਿੱਤਰ ਕੰਮ ਹੈ, 550 ਸਾਲ ਦਾ ਗੁਰਪੁਰਬ ਤੋਂ ਪਹਿਲਾਂ ਇਹਨੂੰ ਮੁਕੰਮਲ ਕਰਨਾ, ਅਤੇ ਸਾਡੀ ਪੂਰੀ ਕੋਸ਼ਿਸ਼ ਹੈਗੀ ਹੈ ਕਿ ਇਹਨੂੰ ਅਸੀਂ ਜਲਦੀ ਤੋਂ ਜਲਦੀ ਮੁਕੰਮਲ ਕਰਵਾਈਏ। ਅਤੇ ਕੋਈ ਵੀ ਔਕੜ ਜੇ ਆ ਰਹੀ ਹੈ ਅਸੀਂ ਸਾਰਿਆਂ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ, ਜੇ ਕਿਸੇ ਨੂੰ ਕੋਈ ਸ਼ੱਕ ਹੈ ਡਾਊਟ ਹੈ ਅਸੀਂ ਸਾਰੇ ਕਲੀਅਰ ਕਰਨ ਨੂੰ ਰੈਡੀ ਹਾਂ। ਅਤੇ ਕੰਮ ਰੋਕਣ ਨੂੰ ਲੈ ਕੇ ਜਿਹੜਾ ਵਾ ਇਹ ਅਸੀਂ ਬਿਲਕੁਲ ਇਹ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਆ ਉਹ ਕਾਰਵਾਈ ਨਾ ਕੀਤੀ ਜਾਵੇ ਕਿਸਾਨਾਂ ਵੱਲੋਂ। ਅਸੀਂ 24 ਘੰਟੇ ਉਹਨਾਂ ਦੇ ਡਾਊਟਸ ਕਲੀਅਰ ਕਰਨ ਲਈ ਬੈਠੇ ਹਾਂ, ਉਹਨਾਂ ਦੀ ਪੇਮੈਂਟਸ ਰੈਡੀ ਆ, ਸਾਡੇ ਕੋਲ ਆ ਕੇ ਪੇਮੈਂਟਸ ਲੈ ਜਾਣ ਆਪਣੀਆਂ। ਅਤੇ ਇਹੀ ਸਾਡੀ ਸਾਰਿਆਂ ਨੂੰ ਅਪੀਲ ਹੈਗੀ। ਥੈਂਕ ਯੂ। ਠੀਕ, ਥੈਂਕ ਯੂ। ਜਸਦੀਪ ਸਾਹਿਬ ਨੇ ਡੇਰਾ ਬਾਬਾ ਨਾਨਕ ਨੇ ਪਹਿਲੋਂ ਤਾਂ ਸਾਨੂੰ ਵਿਸ਼ਵਾਸ ਇਹ ਦਵਾਇਆ ਕਿ ਜਦੋਂ ਸਾਨੂੰ ਨਿਸ਼ਾਨਦੇਹੀ ਕਰਨ ਦਿਓ, ਨਿਸ਼ਾਨਦੇਹੀ ਕਰਨ ਤੋਂ ਬਾਅਦ ਮਤਲਬ ਕਿ ਆਪਾਂ ਤੁਹਾਨੂੰ ਪੈਲੀ 'ਚ ਤਾਂ ਵੜਾਂਗੇ, ਪਹਿਲੋਂ ਪੈਸੇ ਦੇ ਅਤੇ ਅੱਜ ਤੱਕ ਮਤਲਬ ਕਿ ਸਾਨੂੰ ਗੱਲਾਂ ਰਾਹੀਂ ਮਤਲਬ ਪਹੁੰਚਾਉਂਦੇ ਰਹੇ ਨੇ, ਕੋਈ ਪੈਸਾ ਨਹੀਂ ਦਿੱਤਾ। ਅਤੇ ਇਸ ਕਰਕੇ ਫਿਰ ਕਿਸਾਨਾਂ ਨੇ ਹੁਣ ਦਾਣੇ ਵੀ ਲੈਣੇ ਆ, ਤੂੜੀ ਵੀ ਲੈਣੀ ਆ, ਅਤੇ ਉਹਦੇ ਕਰਕੇ ਕਿਸਾਨ ਜਿਹੜੇ ਆ ਹੁਣ ਸੜਕਾਂ 'ਤੇ ਉੱਤਰ ਆਇਆ ਵੀ ਸਾਨੂੰ 3.5 ਲੱਖ ਰੁਪਈਆ ਸਾਡੇ ਉਹ ਰਕਮ ਬਣਦੀ ਰਕਮ 'ਚੋਂ ਵੀ ਕੱਟ ਰਹੇ ਆ। ਉਹ ਕਿਉਂ ਕੱਟਦੇ ਪਏ? ਉਹ ਆਉਂਦੇ ਜੀ TDS ਆ ਦੇ ਕੀ ਹੁੰਦੇ, ਅਸੀਂ ਕੱਟਣਾ ਹੈ ਜੀ, ਪਹਿਲੋਂ ਇਹ ਗੱਲ ਹੋਈ ਵੀ ਕੋਈ ਪੈਸਾ ਨਹੀਂ ਤੁਹਾਡਾ ਕੱਟਾਂਗੇ। ਅੱਜ ਕੀ ਹੁੰਦੇ ਸਾਨੂੰ ਇਹ ਮਤਲਬ ਕਿ ਉਹਨਾਂ ਸੁਨਾਮ ਮਿਲ ਗਿਆ ਵੀ ਤੁਹਾਡੇ ਕੋਲ TDS ਕੱਟਿਆ ਜਾਊਗਾ 3.5 ਲੱਖ ਰੁਪਈਆ, ਅਤੇ ਉਹਦੇ ਕਰਕੇ ਕਿਸਾਨ ਕੀ ਹੁੰਦੇ ਅੱਜ ਨਿਰਾਸ਼ ਨੇ।